ਮਿਸ਼ਨ ਕਾਰਡ ਠੀਕ ਕਰੋ। ਅੱਜ ਇਹੀ ਹੋਈ ਬਹੁਤ ਵੱਡੀ ਗੱਲ ਹੈ। ਆਪਣੇ ਵੱਲ ਨੂੰ ਡਗਾਓ, ਇੱਥੇ 2 ਗੇ ਲੱਗਣੇ ਆ ਯਾਰ, ਲਾਈਕ ਕਰੋ। ਤੋ ਇਹਨੂੰ ਮੈਂ ਕਹਿੰਦਾ ਫਿੱਟ, ਤੇ ਤੇ ਚੱਕਿਆ ਵੀ ਜਾਣਾ ਤੇ ਜਾਣ ਵੀ ਨਹੀਂ ਚਾਹੀਦੀ ਆ। ਖੜਾ ਕਰ ਦੋ ਨਾ ਥੱਲੇ, ਥੱਲੇ ਖੜਾ ਕਰ ਦੋ। ਤੁਹਾਡੇ ਅੰਸ਼ੂ ਕਾਰਪੈਂਟਰ ਨੇ ਦੋਨੇ ਸੋਫੇ ਸਹੀ ਕਰਤੇ। ਮੇਰੇ ਤੋਂ ਇਲਾਵਾ ਮੇਰੇ ਤੋਂ ਬਹਿ ਕੋਈ ਨਹੀਂ ਹੈਗਾ ਘਰ ਚ। ਜੋਨੀ ਭਾਈ ਨੇ ਇੱਕ ਨਵੀਂ ਸਮੱਸਿਆ ਦੱਸਤੀ ਹੁਣ। ਕੰਮ ਕਰਦੇ ਕਰਦੇ ਮੇਰੇ ਲੱਗ ਗਈ ਸੱਟ, ਬੱਬੂ ਦੀ ਚੋਟੀ ਲੱਗ ਗਈ। ਕਿਆ ਕਰ ਰਹੇ, ਕਿਆ ਹੋ ਗਿਆ? ਵਾਲ ਸਟੋਰੀ ਫਿਰ ਵੀ ਗੁਡ ਮਾਰਨਿੰਗ ਸਭ ਨੂੰ, ਠੀਕ ਹੈ। ਤੇ ਮੈਂ ਹੁਣੇ ਸੁੱਤਾ ਉੱਠਾ ਤੇ ਅੱਜ ਬਹੁਤ ਜ਼ਿਆਦਾ ਕੰਮ ਹੈ। ਚਲੋ ਮੈਂ ਤੁਹਾਨੂੰ ਦੱਸਦਾ ਕਿ ਅੱਜ ਕੰਮ ਕੀ ਹੈ। ਇੱਥੇ ਡੋਲਰ ਤੇ ਭਈਆ ਦੋਨੇ ਇੱਥੇ ਸੋ ਰਹੇ ਆ। ਅਗਰ ਆਪਾਂ ਦੂਜੇ ਕਮਰੇ ਦੀ ਗੱਲ ਕਰੀਏ ਤੇ ਮੁਕੇਸ਼ ਭਾਈ ਹੁਣੇ ਦੁੱਧ ਗਰਮ ਕਰਕੇ ਲਿਆਏ ਆ ਤੇ ਨਾਲ ਬੇਸਨ ਦੇ ਲੱਡੂ ਲੈ ਕੇ ਆਏ ਆ। ਦੀਦੀ ਕੀ ਹੈ? ਅੱਛਾ, ਇਹ ਡਰਾਈ ਫਰੂਟ ਹੈ ਜੋ ਦਾਦੀ ਮਾਂ ਨੇ ਭੇਜੇ ਦਾ, ਠੀਕ ਹੈ। ਤੇ ਬੂ ਉੱਥੇ ਬਰਸ਼ ਕਰ ਰਹੀ ਹੈ। ਸੋ ਮੰਮੀ, ਅੱਜ ਮੈਂ ਇੱਕ ਮਿਸ਼ਨ ਲਿੱਤਾ। ਕੀ ਹੋਇਆ? ਅੱਜ ਮੈਂ ਇੱਕ ਮਿਸ਼ਨ ਲਿੱਤਾ, ਘਰ ਦੇ ਜਿੰਨੇ ਵੀ ਛੋਟੇ ਛੋਟੇ ਚੀਜ਼ਾਂ ਖਰਾਬ ਹੋਈ ਦੀਆਂ ਨਾ, ਸਾਰੀਆਂ ਮੈਂ ਠੀਕ ਕਰਾਂਗਾ। ਲੱਡੂ ਜੀ ਨੂੰ ਉਠਾਣ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਧੇ, ਜੈ ਸ਼੍ਰੀ ਕ੍ਰਿਸ਼ਨ। ਸੋ ਹੁਣ ਆਪਾਂ ਕਰ ਲਈਏ ਪਹਿਲਾਂ ਸ੍ਰੀ ਮਾਲਿਸ਼ ਲਿਆ, ਠੀਕ ਹੈ। ਤੂੰ ਜਿੱਦਾਂ ਮਾਲਿਸ਼ ਲਿਆਂਦੇ ਆ ਤੇ ਮੈਂ ਅੱਜ ਵਿਸ਼ੂ ਨੂੰ ਫੋਨ ਕਰਾਂਗਾ। ਵਿਸ਼ੂ ਛੋਟੇ ਆਪਣੇ ਘਰ ਗਿਆ, ਜਿੱਦਾਂ ਹੀ ਵਿਸ਼ੂ ਆਉਂਦਾ ਫਿਰ ਅੱਜ ਆਪਾਂ ਮਿਸ਼ਨ ਸ਼ੁਰੂ ਕਰਾਂਗੇ, ਮਿਸ਼ਨ ਕਾਰਡ ਠੀਕ ਕਰੋ। ਸੋ ਗਾਇਸ, ਮੇਰੇ ਨਾਲ ਇੱਥੇ ਮੰਮੀ ਜੁੜ ਚੁੱਕੀ ਹੈ। ਮੰਮੀ, ਮੈਂ ਹੁਣੇ ਵਿਸ਼ੂ ਨੂੰ ਫੋਨ ਕੀਤਾ। ਵਿਸ਼ੂ ਕਹਿੰਦਾ ਭਾਜੀ ਮੈਂ ਤੇ ਆ ਗਿਆ ਜੰਮੂ, ਉਹ ਸਵੇਰੇ ਸਵੇਰੇ ਜੰਮੂ ਚੱਲ ਗਿਆ। ਤਾਂ ਮੈਨੂੰ ਦੱਸੋ ਮੈਂ ਇਕੱਲਾ ਕੀ ਕਰਾਂ? ਮੇਰਾ ਸਹਾਰਾ ਕੀ ਹੈ ਮੰਮੀ? ਮੈਂ ਇਕੱਲਾ ਕਿੱਥੇ ਕਿੱਥੇ ਜਾਊਂਗਾ? ਅੱਛਾ, ਮੇਰੀ ਇੱਕ ਗੱਲ ਦੱਸੋ, ਮੈਨੂੰ ਘਰ ਚ ਕਿਹੜੇ ਕਿਹੜੇ ਕੰਮ ਹੈਗੇ ਜਿਹੜੇ ਕਰਨੇ ਆ, ਜਿਹੜੇ ਛੋਟੇ ਛੋਟੇ ਦੱਸੋ। ਅੱਜ ਤਾਂ ਮੈਂ ਪਹਿਲਾਂ ਜੋੜਾਂਗਾ ਸੋਫਿਆਂ ਦੇ ਜਿਹੜੇ ਥੱਲੋਂ ਲੋਕ ਖਰਾਬ ਹੋਏ ਦੇ ਆ। ਉਹਨੂੰ ਵੀ ਸੀਲ ਮਾਰ ਦਾਂਗਾ, ਮੈਂ ਹੀ ਮਾਰਾਂਗਾ, ਠੀਕ ਹੈ। ਹੋਰ ਓਕੇ, ਠੀਕ ਹੈ। ਉਸ ਤੋਂ ਇਲਾਵਾ ਅੱਜ ਇਹੀ ਹੋਈ ਬਹੁਤ ਵੱਡੀ ਗੱਲ ਹੈ। ਚਲੋ ਠੀਕ ਹੈ, ਡਨ ਕਰੋ ਬੇਟਾ, ਠੀਕ ਹੈ। ਸੋ ਗਾਇਸ, ਅੱਜ ਆ ਗਿਆ ਮੈਨੂੰ ਬਹੁਤ ਜ਼ਿਆਦਾ ਕੰਮ। ਤੋਂ ਹੁਣ ਮੈਂ ਪਹਿਲਾਂ ਦੇਖਾਂ ਸਾਰਿਆਂ ਦਾ ਕਿਵੇਂ ਚੱਲ ਰਿਹਾ ਸਮਾਨ ਸਮੂਨ ਦਾ, ਤੇ ਉਹ ਤੋਂ ਮੈਂ ਕਿਲ ਕੁਲ ਲੈ ਕੇ ਆਵਾਂ। ਇਹ ਸੋਫੇ ਦੇ ਜਿਹੜੇ ਇਹ ਚੀਜ਼ਾਂ ਨਾ, ਇਹ ਚੀਜ਼ਾਂ ਨਾ, ਹੁਣ ਮੈਂ ਸੋਫਾ ਥੋੜਾ ਘੁਮਾਵਾਂਗਾ ਤੇ ਦੇਖਿਓ ਖਰਾਬ ਹੋ ਗਿਆ। ਉਹਦੇ ਮੈਂ ਕਿਲ ਦੇਖਾ ਤਾਂ ਅੱਜ ਸਾਰਾ ਕੁਛ ਕੰਮ ਮੈਂ ਠੀਕ ਕਰਾਂਗਾ। ਅੱਜ ਹੈਗਾ ਅੰਸ਼ੂ ਮਿਸਤਰੀ, ਮਿਲਦਾ ਤੁਹਾਨੂੰ ਥੋੜੇ ਦੇਰ ਚ। ਪਹਿਲਾਂ ਜੋਨੀ ਭਾਈ, ਕੀ ਹਾਲ ਚਾਲ? ਗੁੱਡ ਮਾਰਨਿੰਗ। ਮੁਕੇਸ਼ ਭਾਈ, ਕੀ ਹਾਲ ਚਾਲ? ਗੁੱਡ ਮਾਰਨਿੰਗ, ਹੱਥ ਮਿਲਾ ਲਓ ਭਾਈ, ਹੱਥ ਦੀ ਕਰਦਾ ਕਰੋ ਮੇਰੇ। ਮਾਰਨਿੰਗ ਭਾਈ, ਕੀ ਠੀਕ ਹੋ? ਸੋ ਵਿਸ਼ੂ ਭਾਈ ਚੱਲ ਗਿਆ ਜੰਮੂ, ਉਹ ਨਾਣਾ ਉਹਨੂੰ ਮੰਡੇ ਨੂੰ ਮੈਨੂੰ ਸਵੇਰੇ ਦੱਸ ਕੇ ਤੇ ਨੀ ਗਿਆ ਭਾਜੀ। ਉਹ ਇਹ ਕਦੀ ਆ ਰਹੀ ਹੋਈ ਭਾਜੀ? ਤੁਹਾਨੂੰ ਵੀ ਦੱਸਿਆ ਕਿ ਮੈਂ ਜੰਮੂ ਚੱਲਾ, ਬੇਵਫਾ ਕੁੱਤਾ। ਭਾਈ ਜੋਨੀ ਭਾਈ, ਤੁਸੀਂ ਮੇਰੇ ਨਾ ਮੁਕੇਸ਼ ਭਾਈ, ਮੈਂ ਘਰ ਦੀ ਹਰ ਇੱਕ ਚੀਜ਼ ਸਹੀ ਕਰਦਾ ਰਹੀ ਹਾਂ। ਮੈਂ ਤੁਹਾਨੂੰ ਦੱਸਦਾ ਜੋਨੀ ਭਾਈ, ਇੱਧਰ ਆਓ ਤੁਸੀਂ ਮੇਰੇ ਨਾਲ। ਕੋਕ ਕੋਕ ਕੋਕ, ਅਰੇ ਭਈਆ ਮੇਰੇ ਕੋ ਖੇਲਣ ਦੋ ਨਾ।
ਚੁੰਝ ਬਾਈ ਸੋਫੇ ਨੂੰ ਨਾ ਉਧਰ ਨੂੰ ਪਲਟਾਣਾ ਹੈ, ਆਪਣੇ ਵੱਲ ਨੂੰ ਡਗਾਓ। ਹਾਂਜੀ ਹੱਥ ਰੱਖੋ, ਇੱਥੇ ਲੱਗਣਾ ਕਿੱਲ, ਕਿੱਲ ਇੱਥੇ ਲੱਗਣਾ ਕਿਹੜਾ, ਪਰ ਮੈਂ ਫਲੈਸ਼ ਆਨ ਕਰਕੇ ਦੇਖਾਂ। ਸੋ ਗਾਇਜ਼ ਇੱਥੇ ਕਿੱਲ ਕਿਹੜਾ ਲੱਗਣਾ, ਇਹ ਵਾਲਾ ਕਿੱਲ ਲੱਗਣਾ ਇੱਥੇ, ਠੀਕ ਹੈ। ਇਹਨੂੰ ਆਪਾਂ ਜੋੜਾਂਗੇ, ਕਿੱਥੇ ਲੱਗੇਦਾ ਸੀ, ਇੱਥੇ ਲੱਗੇਦਾ ਸੀ ਨਾ, ਦੋ ਕਿੱਲ ਲੱਗਣੇ ਇੱਥੇ, ਠੀਕ ਹੈ। ਇੱਥੇ ਦੋ ਕਿੱਲ ਲੱਗਣੇ ਆ, ਤੇ ਕਿੱਲ ਦੀ ਮੈਂ ਚੋ ਫੋਟੋ ਖਿੱਚ ਲਾਂਗਾ। ਸੋ ਆਜੋ ਬਾਈ, ਇਹਨੂੰ ਰੱਖ ਦੋ ਇੱਦਾਂ ਹੀ ਥੱਲੇ, ਇੱਧਰ ਆ ਜਾਓ। ਸੋ ਗਾਇਜ਼ ਜਿਹੜੇ ਵੀ ਮੇਰੇ ਸੱਜਣ ਪਿਆਰੇ ਹੈਗੇ ਆ, ਉਹਨਾਂ ਨੂੰ ਮੈਂ ਇੱਕ ਬੜਾ ਜ਼ਰੂਰੀ ਕੰਮ ਦੇਣ ਲੱਗਾ, ਫਟਾਫਟ ਕਰੀਓ, ਹੁਣੇ ਜਾ ਕੇ ਕਰੀਓ। ਆਪਣਾ ਜਾ ਕੇ ਮੰਮੀ ਪਾਪਾ ਦਾ ਫੋਨ ਲੈ ਕੇ ਆਓ, ਤੇ ਉੱਤੇ ਸਰਚ ਕਰੋ ਲੋੜਚੂ ਵਲੋਗ, ਤੇ ਜਾ ਕੇ ਵੀਡੀਓ ਨੂੰ ਲਾਈਕ ਕਰੋ ਯਾਰ, ਲਾਈਕ ਕਰੋ। ਸੋ ਹੁਣ ਮੈਂ ਚੱਲਾ ਸਮਾਨ ਲੈਣ ਕਿੱਲ ਕਰਾਂ, ਤੇ ਉੱਥੋਂ ਆ ਕੇ ਤੁਹਾਨੂੰ। ਸੋ ਗਾਇਜ਼ ਫਾਈਨਲੀ ਮੈਂ ਕਿੱਲ ਲੈ ਕੇ ਆ ਚੁੱਕਿਆ। ਸੋ ਜੋਨੀ ਬਾਈ ਉਹ ਸਾਈਜ਼ ਪੁੱਛਦੇ ਪਏ ਸੀ, ਮੈਨੂੰ ਸਾਈਜ਼ ਦਾ ਪਤਾ ਨਹੀਂ, ਪਰ ਮੈਂ ਲੈ ਕੇ ਆ ਗਿਆ ਫਿਰ ਵੀ, ਤੇ ਇਹ ਲਾ ਕੇ ਦੇਖ ਦਿੰਦੇ ਲੱਗ ਜਾਣਗੇ, ਲੱਗ ਜਾਣੇ ਪੱਕਾ। ਸੋ ਇਹਨੂੰ ਮੈਂ ਕਰਾਂ ਫਿੱਟ, ਤੇ ਮੈਂ ਟਾਈਮ ਲੈ ਲਾ ਦਿੰਦਾ, ਤੇ ਟਾਈਮ ਲੈ ਦੇਖੋ। ਸੋ ਗਾਇਜ਼ ਅੰਸ਼ੂ ਮਿਸਤਰੀ ਨੇ ਇੱਕ ਸੋਫਾ ਕਰਤਾ ਇੱਕਦਮ ਠੀਕ, ਹੁਣ ਮੈਨੂੰ ਪਤਾ ਨਹੀਂ ਸੋਫਾ ਠੀਕ ਵਾਲੇ ਨੂੰ ਮਿਸਤਰੀ ਕਹਿੰਦੇ ਆ, ਨਹੀਂ ਕੀ ਕਹਿੰਦੇ ਨਾ ਵੀ, ਕਾਰਪੈਂਟਰ। ਸਭ ਤੋਂ ਰਾਈਟ ਬਾਈ, ਸ਼ਾਬਾਸ਼। ਸੋ ਸੋਫਾ ਕਰਤਾ ਆਪਾਂ ਠੀਕ, ਤੇ ਭਈਆ ਇੱਕ ਕੰਮ ਕਰੋ, ਤੇ ਤੜ ਚ ਜਾਣਾ ਨਾ ਲੱਡੂ ਇੱਧਰ ਬੁੱਤ ਬਾਈ, ਸ਼ੀਸ਼ਾ ਲੱਗਿਓ ਨਾ ਵੀ ਪਾਈ ਹੱਥ ਮੇਰਾ ਭਰਾ। ਚਲੋ ਭਾਈ ਇਹ ਪਹਿਲਾਂ ਸਾਈਡ ਸੋਫੀ ਦਾ ਦੋ ਉੱਧਰ ਪਿੱਛੇ, ਫਿਰ ਅੰਸ਼ੂ ਕਾਰਪੈਂਟਰ ਇੱਕ ਹੋਰ ਕੰਮ ਕਰੂਗਾ ਡਨ, ਤੇ ਥੈਂਕ ਯੂ ਸੋ ਮਚ ਮੇਰੇ ਵਲੋਗ ਨੂੰ, ਬਸ ਕਰ ਦਿਓ ਲਾਈਕ ਕਮੈਂਟ ਤੇ ਸ਼ੇਅਰ। ਤੇ ਤਾਂ ਚੱਕਿਆ ਵੀ ਜਾਣਾ, ਤੇ ਜਾਣ ਵੀ ਨੀ ਚਾਹੀਦੀ ਆ। ਜੋਨੀ ਬਾਈ ਹੱਥ ਪਾਈ ਸ਼ੀਸ਼ਾ, ਦੋਨੋਂ ਖੜਾ ਕਰ ਦੋ, ਪੋਲਾ ਜਾਂ ਥੱਲੇ ਰੱਖਿਓ, ਤੇ ਸ਼ੀਸ਼ੇ ਨੂੰ ਹਲਕਾ ਆ ਵੀ ਕੁਛ ਹੋਇਆ ਨਾ, ਦੋਨੋਂ ਗੇ ਖੜਾ ਕਰ ਦੋ ਨਾ, ਥੱਲੇ ਥੱਲੇ ਖੜਾ ਕਰ ਦੋ। ਹਾਂਜੀ ਥੱਲੇ ਥੱਲੇ ਕਰ ਦੋ, ਥੱਲੇ ਕਰੋ ਬਾਈ, ਥੱਲੇ ਖੜਾ ਕਰ ਦੋ, ਜ਼ਮੀਨ ਤੇ, ਜ਼ਮੀਨ ਤੇ ਖੜਾ ਕਰੋ। ਹਾਂਜੀ ਜ਼ਮੀਨ, ਉਧਰ ਨੂੰ ਲੰਮਾ ਪਾ ਦੋ, ਉਧਰ ਨੂੰ ਲੰਮਾ ਪਾ ਦੋ, ਬਸ ਹੁਣ ਬਾਈ ਸੋਫਾ ਇੱਕ ਦਿਨ ਅੱਧਾ ਘੁਮਾ ਦੋ, ਟੇਢਾ ਕਰ ਦੋ ਯਾਰ, ਇੱਥੇ ਇੰਨਾ ਸੀਰੀਅਸ ਕੰਮ ਚੱਲਦਾ ਪਿਆ, ਤੈਨੂੰ ਏਟ ਬੋਲ ਭੁੱਲਦੀ ਪਈ ਦੀ ਆ, ਉਹ ਕਾਲੀ ਡਾਲ ਬੈਠਾ, ਇਹਨੂੰ ਫੜ ਕੇ ਰੱਖ ਬਸ, ਇਹਨੂੰ ਕਰਿਓ ਜੋਨੀ ਬਾਈ, ਸੋਨੇ ਇੱਕ ਮਿੰਟ ਹੋ ਗਿਆ ਬਸ। ਹਾਂਜੀ ਇਹ ਕੀ ਕਾਰ, ਇਹ ਫੜ। ਚਲੋ ਮੈਂ ਇੱਕ ਮਿੰਟ ਇਹਨੂੰ ਸੈੱਟ ਕਰਦਾ, ਮੈਂ ਟਾਈਮ ਲੈ ਲੈਂਦਾ, ਤੁਸੀਂ ਟਾਈਮ ਲੈ ਦੇਖੋ। ਤੁਹਾਡੇ ਅੰਸ਼ੂ ਕਾਰਪੈਂਟਰ ਨੇ ਦੋਨੇ ਸੋਫੇ ਸਹੀ ਕਰਤੇ, ਦੋਨੇ ਸੋਫੇ ਦੇ ਪੈਰ ਹੀ ਜਿਹੜੇ ਹਿਲਦੇ ਸੀ ਭਾਬੀ, ਜਿਹੜੇ ਪਿਛਲੇ 6 ਮਹੀਨਿਆਂ ਤੋਂ ਠੀਕ ਨਹੀਂ ਕਰ ਰਿਹਾ ਸੀ, ਐਂਡ ਵਨ ਐਂਡ ਓਨਲੀ ਮੈਂ ਕੀਤੇ ਐਂਡ ਚ ਮੈਂ ਹੀ ਕੀਤੇ। ਮੇਰੇ ਤੋਂ ਇਲਾਵਾ ਮੇਰੇ ਤੋਂ ਬੈਸਟ ਕੋਈ ਨੀ ਹੈਗਾ ਇਹ ਘਰ ਚ, ਕੋਈ ਨੀ ਹੈਗਾ ਨਾ। ਵਾਹ ਥੈਂਕ ਯੂ ਮੰਮਾ, ਅਗਲਾ ਕੰਮ ਬੋਲੋ, ਫੋਟੋ ਫੋਟੋ ਲਾਣੀ ਸੀ ਯਾਦ, ਮੈਂ ਭੁੱਲ ਗਿਆ ਸੀ, ਥੈਂਕ ਯੂ ਮੰਮਾ, ਥੈਂਕ ਯੂ। ਮੈਂ ਫੋਟੋ ਲਾ ਗਿਆ, ਸੋ ਹੁਣ ਮੈਂ ਤੁਹਾਨੂੰ ਦਿਖਾਉਣਾ ਹੁਣ ਦੀਵਾਰ ਤੇ ਆਪਾਂ ਕੀ ਲਾਣਾ। ਭਾਈ ਕੀ ਕਰਦੇ ਪਏ ਹੋ, 24 ਘੰਟੇ ਖਾਣਾ ਪੀਣਾ ਖਾਣਾ, ਅੱਜ ਰਹਿ ਗਈ ਸੀ ਨਾ ਵੀ ਕਿੱਥੇ ਨਾ ਵੀ, ਤੂੰ ਇੱਥੇ ਸੋਣ ਲੱਗ, ਮੈਨੂੰ ਨੀ ਪਤਾ ਤੂੰ ਇੱਥੇ ਆ ਮੇਰਾ ਭਰਾ, ਚੱਲ ਦਿੰਦਾ ਮੈਂ ਮਿਲਦਾ। ਹਾਂਜੀ ਕੀ ਦੇਣਾ ਚਾਹੁੰਦੇ ਹੋ, ਨਾ 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 ਓਏ ਮੁਰਗੀ, ਤੂੰ ਹੁਣ ਮੈਂ ਉਹ ਦਵਾ ਤੇ ਲਾ ਦੋ, ਉੱਤੋਂ ਤੁਹਾਨੂੰ ਮਿਲ। ਸੋ ਗਾਇਜ਼ ਜੋਨੀ ਬਾਈ ਨੇ ਇੱਥੇ ਨਵੀਂ ਆਪਣੇ ਗੱਲ ਦੱਸਤੀ ਹੈ ਮੈਨੂੰ, ਕਿ ਜਿਹੜਾ ਉਹ ਫੋਟੋ ਹੈਗੀ ਹੈ ਨਾ, ਉਹ ਬਿਨਾਂ ਡਰਿੱਲ ਤੋਂ ਨਹੀਂ ਡੰਗੀ ਜਾਣੀ।
ਬਿਕੋਜ਼ ਉਹ ਫੋਟੋ ਵੇਟ ਜ਼ਿਆਦਾ ਹੈ, ਜੇ ਆਪਾਂ ਕੰਧ 'ਚ ਪਾਈਏ ਤੇ ਕਿੱਲ ਕੰਧ 'ਚੋਂ ਖਿਸਕ ਕੇ ਥੱਲੇ ਡਿੱਗ ਸਕਦੇ ਆ, ਕਿੱਲ ਨੂੰ ਇਹ ਗ੍ਰਿਪ ਚਾਹੀਦੀ ਹੈ ਕੰਧ ਵਿੱਚ। ਮੈਂ ਹੋਰ ਗੱਲ ਦੱਸਾਂ, ਇੱਕ ਕਿੱਲ ਉੱਤੇ ਲਾਓ, ਇੱਕ ਕਿੱਲ ਥੱਲੇ ਲਾਓ, ਮੈਂ ਕੱਲ ਫੋਟੋ ਇੰਦਾ ਹੀ ਲਾਈ ਕਰੇ। ਫੋਟੋ ਨਹੀਂ ਹੈਗੀ ਨਾ, ਫਰੇਮ ਹੈ ਵੱਡਾ ਵਾਲਾ, ਗੱਡੀ ਦੇ ਨਾਲ ਲਾ ਲਓ। ਗੱਡੀ ਕਿੱਦਾਂ ਵਾੜਨੀ ਹੈ ਉਸ 'ਚ? ਗੰਦੀ ਗੱਲ ਕਹੀ ਕੋਈ? ਸੋ ਮੈਂ ਮੰਮੀ ਨੂੰ ਪੁੱਛਦਾ ਕੀ ਕਰਨਾ, ਠੀਕ ਹੈ? ਇੱਕ ਮਿੰਟ ਰੁਕੋ ਯਾਰ, ਹਾਏ ਗਾਇਸ ਕਦੇ। ਜੋਨੀ ਭਾਈ ਨੇ ਇੱਕ ਨਵੀਂ ਸਮੱਸਿਆ ਦੱਸਤੀ ਹੁਣ, ਕਹਿੰਦੇ ਗੱਟੀਆਂ ਤੋਂ ਬਿਨਾਂ ਕੰਧ ਤੋਂ ਟੰਗੇ ਨਹੀਂ ਆਣੇ, ਤੇ ਗੱਟੀਆਂ ਡਰਿਲ ਦੇ ਨਾਲ ਲੱਗਣੀ ਹੈ। ਮੈਂ ਡਰਿਲ ਕਿੱਥੋਂ ਲਿਆਵਾਂ? ਰੋਹਿਤ ਭਾਈ ਨੂੰ, ਗੌਰਵ ਨੂੰ? ਗੌਰਵ ਨੂੰ ਕਿਹਾ, ਦੁੱਧ ਤੋਂ 5 ਮਿੰਟ ਗੌਰਵ ਨੂੰ ਘਰ ਪਿਲਾਣਾ, ਹੁਣ ਸਾਰਾ ਕੁਝ ਕਰਕੇ ਚੱਲ ਜਾਣਾ। ਮੰਮੀ ਨੇ ਕਰਨਾ, ਮੈਂ ਹੀ ਡਰਿਲ ਲਿਆਵਾਂ ਉਹਨਾਂ ਕੋ। ਮੰਮੀ ਡਰ ਕੇ ਆ ਗਈ, ਜੀ ਤਾਂ ਮੈਂ ਕਰਕੇ ਰਵਾਂਗਾ, ਮੈਂ ਫੋਨ ਕਰਦਾ ਉਹਨਾਂ ਨੂੰ। ਪਹਿਲੇ ਵੀ ਆਪਨੇ ਥੋੜਾ ਤਾਂ ਵਾਪਸ ਦੇਗਾ ਟੂਟਾ ਤੋਂ, ਫਿਰ ਬੂ ਯਕੀਨ ਰੱਖ ਮੇਰੇ ਤੇ, ਟੈਨਸ਼ਨ 30,000 ਦਾ ਖਰਚਾ ਕਰਵਾਇਆ। ਸੋ ਗਾਇਸ ਮੇਰੇ ਖਰਚੇ ਇੱਕ ਇੱਕ ਕਰਕੇ ਕਿੰਨੇ ਜਾ ਰਹੇ ਮੇਰੇ ਘਰ 'ਚ। ਸੋ ਗਾਇਸ ਹੁਣੇ ਮੈਂ ਅਸੀਂ ਕਿੱਲ ਲੈਣ, ਕਿਉਂਕਿ ਡਰਿਲ ਦਾ ਤਾਂ ਜੁਗਾੜ ਹੋਇਆ ਨਹੀਂ, ਤੇ ਮੈਂ ਜੁਗਾੜ ਕਰਤਾ ਕਿੱਲ ਦਾ। ਤੇ ਜਦੋਂ ਮੈਂ ਕਿੱਲ ਦਾ ਕਿੱਲ ਲੈਣ ਗਿਆ ਤੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ ਦੇ ਵੱਲ ਇੱਕ ਆਇਆ ਪਾਰਸਲ, ਤੇ ਪਾਰਸਲ ਵੀ ਰਿਸੀਵ ਕਰ ਲਓ। ਪਾਰਸਲ ਦਿਖਾਈ ਬਈ, ਪਾਰਸਲ ਵੀ ਆ ਚੁੱਕਿਆ, ਤੇ ਹੁਣ ਪਾਰਸਲ ਲੈ ਕੇ ਚੱਲੀਏ ਮੈਂ ਵੱਡੇ ਘਰ, ਪਾਰਸਲ ਵੀ ਖੋਲੀਏ ਤੇ ਫਰੇਮ ਵੀ ਟੰਗੀਏ, ਚਲੋ ਚੱਲੀਏ ਵੱਡੇ ਘਰ। ਸੋ ਗਾਇਸ ਮੰਮੀ ਮੇਰੇ ਨਾਲ ਸਲਾਹ ਮਸ਼ਵਰਾ ਕਰਨ ਆਏ ਆ ਕਿ ਆਪਾਂ ਫਰੇਮ ਕਿੱਥੇ ਟੰਗੀਏ ਕਮਰੇ 'ਚ। ਮੈਂ ਪਤਾ ਕੀ ਕਰਨਾ, ਇਹ ਜਿਹੜੀ ਫੋਟੋ ਆ ਨਾ ਇਹਨੂੰ ਸਵਿਚ ਕਰਕੇ ਪਕੜ ਦਿਓ ਉੱਥੇ, ਇੱਕ ਫੋਟੋ ਬਾਹਰ ਪਈ ਹੈ ਮੇਰੀ ਬੂਬੂ ਦੀ, ਉਹ ਲਾਉਂਦੇ ਉੱਥੇ, ਫਰੇਮ ਲਾਉਂਦੇ ਸੈਂਟਰ 'ਚ, ਠੀਕ ਹੈ? ਇੱਦਾਂ ਕਰਦਾ ਛੋ, ਠੀਕ ਹੈ? ਸੈਂਟਰ 'ਚ ਫੋਟੋ ਵੀ ਅੱਛੀ ਲੱਗਦੀ, ਸੈਂਟਰ ਫਰੇਮ ਵੀ ਅੱਛਾ ਲੱਗਦਾ। ਜੁਗਾੜ। ਸੋ ਗਾਇਸ ਇਹ ਫੋਟੋ ਕਿਤੇ ਲੱਗ ਲੱਗੀ ਹੋਰ, ਤੇ ਮੈਂ ਇੱਥੇ ਟਾਈਮ ਲੈ ਲਵਾਂ ਤੇ ਉਹ ਫਰੇਮ ਲਵਾਂ ਇੱਕ ਅੰਦਰ। ਦੇਖੋ ਆਪਾਂ ਇਹਨੂੰ ਵੀ ਕਿੱਦਾਂ ਜੋੜਦੇ ਆ। ਸੋ ਗਾਇਸ ਆਪਾਂ ਇਹ ਕਰਦਾ ਇੱਕਦਮ ਫਿਕਸ, ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਇਹਨੂੰ ਕਰਦੇ ਬੰਦ ਫੋਨ, ਤੁਸੀਂ ਇਹਦੀ ਟਾਈਮ ਲੈਪ ਦੇਖੋ ਮੈਨੂੰ ਜੋੜਨ ਲੱਗਾ ਹੁਣ।
ਸੋ ਗਾਇਜ਼ ਆਪਾਂ ਹੁਣ ਜਿਹੜੇ ਇਹਦੇ ਇਹ ਹੁੰਦੇ ਨੇ ਭਾਈ ਕੀ ਕਹਿੰਦੇ ਇਹਨੂੰ ਕਬਜ਼ੇ ਸੋ ਆਪਾਂ ਕਬਜ਼ੇ ਇੱਥੋਂ ਲਾਤੇ ਆ ਬਿਕੋਜ਼ ਉਦਾਂ ਫਿੱਟ ਨਹੀਂ ਹੋ ਰਿਹਾ ਸੀ ਹੁਣ ਪਹਿਲਾਂ ਆਪਾਂ ਇੱਥੇ ਫਿੱਟ ਕਰਾਂਗੇ ਉਸ ਤੋਂ ਬਾਅਦ ਕਬਜ਼ੇ ਆਪਾਂ ਇੱਥੇ ਫਿੱਟ ਕਰਾਂਗੇ ਸੋ ਮੈਨੂੰ ਪਤਾ ਹੈ ਕਿ ਮੈਂ ਤੁਹਾਨੂੰ ਬਾਬਾ ਟਾਈਮ ਲੈ ਵੀ ਜਾਣ ਲਿਆ ਕੀ ਕਰਾਂ ਯਾਰ ਅੱਜ ਮੈਂ ਇਕੱਲਾ ਨੂੰ ਵਿਸ਼ੂ ਵੀ ਨਹੀਂ ਹੈ ਗੋਦੋਂ ਸ਼ੂਟ ਕਰ ਲੈਣਾ ਸੀ ਚਲੋ ਕੋਈ ਨਾ ਫਿਰ ਵੀ ਤੁਸੀਂ ਦੇਖੋ ਤੇ ਮੈਂ ਫਿੱਟ ਕਰਕੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਸੋ ਗਾਇਸ ਕੰਮ ਤੇ ਮੈਂ ਕਰਦਾ ਪਿਆ ਸੀ ਪਰ ਕੰਮ ਕਰਦੇ ਕਰਦੇ ਮੇਰੀ ਲੱਗ ਗਈ ਸੱਟ ਤੇ ਦੇਖ ਸਕਦੇ ਸਾਰਾ ਹੱਥ ਖੂਨੋ ਖੂਨ ਹੋ ਗਿਆ ਚਲੋ ਕੋਈ ਨਾ ਯਾਰ ਭਾਈ ਨੀ ਚਲਦੀਆਂ ਰਹਿੰਦੀਆਂ ਸੱਟਾਂ ਹਲਦੀ ਪਾ ਦੋ ਵੱਡਾ ਭਾਈ ਕੋਈ ਨਾ ਤੜਕਾ ਲਾਣਾ ਮੈਨੂੰ ਹਲਦੀ ਪਾ ਦੋ ਯਾਰ ਮੰਮਾ ਮੂੰਹ ਦੀ ਚੋਟੀ ਲੱਗ ਗਈ ਮੰਮਾ ਹੱਥੋ ਪਤਾ ਹਲਦੀ ਪਾ ਲੈ ਮੈਂ ਬਾਅਦ ਵਿੱਚ ਦੇਖਾਂ ਮੇਰੇ ਰਿਐਕਸ਼ਨ ਲੈਣ ਦੋ ਸਾਰਿਆਂ ਦੇ ਤੇਰੇ ਬੂਬੂ ਦੀ ਚੋਟੀ ਲੱਗ ਗਈ ਕੀ ਕਰ ਰਹੇ ਹੋ ਮਾਂ ਪਰ ਹਲਦੀ ਕਿਉਂ ਕਰ ਰਹੇ ਹੋ ਇਹ ਚੋਟੀ ਲੱਗ ਗਈ ਉਹ ਚੱਲ ਵੀ ਹਲਦੀ ਪਾ ਪਰ ਚਲਤਾ ਭਾਭੀ ਇਤਨਾ ਸਾ ਲਗਤੀ ਰਹਤੀ ਦੇਖੋ ਨਾ ਆਪਕੋ ਦਿਖਾ ਦਿਖਾ ਸਾਮਨੇ ਵੋ ਜਬ ਮੈਂ ਹੈਮਰ ਉਸ ਪੇ ਮਾਰ ਰਹਾ ਥਾ ਨਾ ਹੈਮਰ ਸੀਧਾ ਉਂਗਲੀ ਪੇ ਲੱਗ ਗਿਆ ਕੋਈ ਬਾਤ ਨਹੀਂ ਡਰ ਕੇ ਆ ਗਿਆ ਅੰਛੂ ਹੈ ਚੋ ਛੱਡ ਦਿੰਦਾ ਹੋ ਜਾਂਦਾ ਸੈੱਟ ਸੋ ਗਾਇਜ਼ ਮੈਂ ਆਪਣੇ ਕਿਚਨ ਚ ਦੇਖ ਲਿਆ ਕਿ ਮਾਹੌਲ ਚਾਲ ਕੀ ਹੈ ਭਾਈ ਕਿੱਦਾਂ ਚੱਲ ਰਿਹਾ ਸੈੱਟ ਕੀਤਾ ਚਲੋ ਹੁਣ ਮੈਂ ਤੇ ਫਿੱਟ ਕਰਦਾ ਉਸ ਤੋਂ ਬਾਅਦ ਤੁਹਾਨੂੰ ਮਿਲਦਾ ਸੋ ਗਾਇਜ਼ ਹੁਣ ਆਪਾਂ ਤੇ ਕਰਾ ਲੱਗੇ ਪੱਟੀ ਬਿਕੋਜ਼ ਬਲੀਡਿੰਗ ਬਿਲਕੁਲ ਨਹੀਂ ਰੋਕ ਰਹੀ ਸੀ ਬਲੀਡਿੰਗ ਹੋਈ ਜਾਂਦੀ ਸੀ ਤੇ ਬਲੀਡਿੰਗ ਨੂੰ ਰੋਕਣ ਲਈ ਹੁਣ ਆਪਾਂ ਪੱਟੀ ਕਰਾਵਾਂਗੇ ਦੇ ਉੱਤੇ ਤੇ ਮੈਡੀਕਲ ਸਟੋਰ ਸਾਰੇ ਬੰਦ ਹੈ ਕੋਈ ਮੈਡੀਕਲ ਸਟੋਰ ਨਹੀਂ ਖੁੱਲੇ ਦਾ ਵਾਦਾ ਸਟੋਰੀ ਜੀ ਸੋ ਗਾਇਜ਼ ਆਪਾਂ ਹੁਣ ਕਲੀਨਿਕ ਗਏ ਸੀ ਤੇ ਭਾਈ ਹੁਣ ਕੀ ਗਿਆ ਮੇਰੇ ਕੋ ਪੱਟੀ ਨਹੀਂ ਹੈਗੀ ਪੱਟੀ ਨਹੀਂ ਭਾਈ ਡਾਕਟਰ ਕੋ ਪੱਟੀ ਨਹੀਂ ਹੈਗੀ ਮੈਂ ਉਹੀ ਉਂਗਲ ਦੇ ਦਾ ਭਾਈ ਤਾਂ ਪੱਟੀ ਕਰਾਣ ਕੇ ਬੈਂਡੇਜ ਲਾ ਕੇ ਆ ਗਏ ਪੱਟੀ ਨਹੀਂ ਉਹਨਾਂ ਕੋ ਮੈਂ ਕਿਹਾ ਬੈਂਡੇਜ ਆ ਕੇ ਬੈਂਡੇਜ ਹੀ ਲਾ ਦੇ ਪ੍ਰੋਬਲਮ ਆ ਕਰੀ ਆ ਬਲੋ ਬਣਾਣਾ ਸੱਟਾ ਲੱਗੇ ਜੋ ਮਰਜ਼ੀ ਹੋਵੇ ਕੰਮ ਨਹੀਂ ਰੁਕਣਾ ਚਾਹੀਦਾ ਸੋ ਹੁਣ ਇੱਧਰ ਆਪਾਂ ਸੈਟਿੰਗ ਕਰੀਏ ਦੀ ਯਾਰ ਖੁੱਲ ਗਿਆ ਫਿਰ ਤੋਂ ਤੇ ਮੈਂ ਲਾਣਾ ਕੋ ਜਗਾੜੇ ਦਾ ਸੋ ਗਾਇਜ਼ ਮੁਕੇਸ਼ ਭਾਈ ਨੇ ਮੇਰੇ ਲਈ ਬਣਾਈ ਹੈ ਗਰਮਾ ਗਰਮ ਨਹੀਂ ਸੋਰੀ ਠੰਡੀ ਠੰਡੀ ਕੌਫੀ ਠੀਕ ਹੈ ਕਿਉਂਕਿ ਭਾਈ ਕਹਿ ਰਿਹਾ ਅੰਸ਼ੂ ਭਾਈ ਦੀ ਬਹੁਤ ਜ਼ਿਆਦਾ ਕੰਮ ਕੀਤਾ ਤੇ ਸੱਟ ਵੀ ਲਵਾਈ ਆਪਣੇ ਹੱਥ ਤੇ ਤੁਹਾਡੇ ਲਈ ਕੌਫੀ ਬੰਦੀ ਬੰਦੀ ਹੈ ਸੋ ਹੁਣ ਮੈਂ ਪਹਿਲਾਂ ਕੌਫੀ ਨੂੰ ਕਰਾਂ ਟੇਸਟ ਭਾਈ ਕਿਆ ਜਾਣਾ ਯਾਰ ਕੌਫੀ ਚ ਯਾਰ ਭਾਈ ਇਹ ਜੱਗ ਰੱਖ ਜਾਓ ਇੱਥੇ ਤੁਸੀਂ ਸਾਰੀ ਗੱਲਾਂ ਛੱਡੋ ਜੱਗ ਰੱਖੋ ਇੱਥੇ ਕਿਆ ਬਾਤ ਹੈ ਯਾਰ ਇਹ ਰੱਖ ਦਿਓ ਰੱਖ ਦਿਓ ਰੱਖ ਦਿਓ ਬਸ 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 ਸੋ ਗਾਇਜ਼ ਹੁਣ ਮੈਂ ਆਰਾਮ ਨਾਲ ਪੀਵਾਂ ਕੌਫੀ ਤੇ ਇਹ ਵਲੌਗ ਨੂੰ ਕਰਦਾ ਮੈਂ ਇੱਥੇ ਆਣਾ ਤੁਹਾਨੂੰ ਵਲੌਗ ਦੇਖਣ ਚ ਮਜ਼ਾ ਆਇਆ ਤੇ ਲਾਈਕ ਮਿੰਟ ਛੱਕਣਾ ਨਾ ਭੁੱਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਐਡੀ ਨੇ ਵੀ ਭੌਣਾ ਕਰਤਾ ਸ਼ੁਰੂ ਤੇ ਤੁਸੀਂ ਕਰਨਾ ਬਸ ਲਾਈਕ ਮਿੰਟ ਸ਼ੇਅਰ ਤੇ ਮਿਲਦਾ ਤੁਹਾਨੂੰ ਨਵੀਂ ਵੀਡੀਓ ਵਿੱਚ ਕੁਝ ਕੰਮ ਰਹਿ ਗਿਆ ਉਹ ਆਪਾਂ ਅਗਲੀ ਵੀਡੀਓ ਚ ਕਰ ਲਾਂਗੇ ਬਾਏ ਬਾਏ ਟੇਕ ਕੇਅਰ ਲਵ ਯੂ